बचाओ गया सारे बचाओ गया जी। ਭਾਈ ਮੈਂ ਖੜੋਤੇ ਰਹੀ ਹਾਂਜੀ ਤੈਨੂੰ ਪਿੱਛੋਂ ਲਿਆ ਕੇ ਬੱਸ ਮਾਰੀ ਆ ਤੇ ਪਿੱਛੋਂ ਬੱਸ ਆਈ ਆ ਕਾਫੀ ਮਤਲਬ ਭੜੀ ਸਵਾਰੀਆਂ ਨਾਲ ਜੀ ਤੇ ਹੋਰ ਕੋਈ ਬ੍ਰੇਕ ਨਹੀਂ ਲੱਗੀ ਜਾਂ ਕੁਛ ਪੈ ਗਿਆ ਨਹੀਂ ਸਕਦੇ ਟੈਂਪੂ 'ਚ ਮਾਰੀ ਟੱਕਰ ਟੈਂਪੂ ਸਿੱਧਾ ਗਿਆ ਨੇ ਇੱਥੇ ਇਹ ਤਸਵੀਰਾਂ ਦੀਨਾ ਨਗਰ ਦੇ ਟਮਰਾਈ ਨਹਿਰ ਦੇ ਕੋਲ ਦੀਆਂ ਹਨ ਜਿੱਥੇ ਤੇਜ਼ ਰਫ਼ਤਾਰ ਬੱਸ ਨੇ ਇੱਕ ਆਟੋ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਦਰਅਸਲ ਇੱਕ ਆਟੋ ਤਮਰਾਈ ਨਹਿਰ ਦੇ ਕੋਲ ਖੜਾ ਸੀ ਜਿਸ ਵਿੱਚ ਸਕੂਲੀ ਵਿਦਿਆਰਥਣਾਂ ਬੈਠੀਆਂ ਹੋਈਆਂ ਸਨ ਇਸ ਆਟੋ ਨੂੰ ਬੱਸ ਨੇ ਟੱਕਰ ਮਾਰ ਦਿੱਤੀ ਅਤੇ ਆਟੋ ਵਿਦਿਆਰਥਣਾਂ ਸਣੇ ਨਹਿਰ ਦੇ ਵਿੱਚ ਡਿੱਗ ਗਿਆ ਮੌਕੇ 'ਤੇ ਪਹੁੰਚੀ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਮਦਦ ਕੀਤੀ ਗਈ ਅਤੇ ਵਿਦਿਆਰਥਣਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਸੀਂ ਤਮਰਾਈ ਦੇ ਆ ਕੋਈ ਲੋਕਲ ਹਾਂਜੀ ਤੇ ਬੱਸ ਖੜੀ ਇੱਥੇ ਟੈਂਪੂ ਖੜਾ ਸੀ ਸਵਾਰੀਆਂ ਦਾ ਛੇ ਕੁੜੀਆਂ ਸੀ ਵਿੱਚ ਬੱਚੇ ਸੀ ਅਤੇ ਇੱਕ ਲੇਡੀ ਸੀ ਹਾਂਜੀ ਹਾਂਜੀ ਅਤੇ ਪਿੱਛੋਂ ਬੱਸ ਆਈ ਆ ਕਾਫੀ ਮਤਲਬ ਭੜੀ ਸਵਾਰੀਆਂ ਨਾਲ ਜੀ ਅਤੇ ਹੋਰ ਕੋਈ ਬ੍ਰੇਕ ਨਹੀਂ ਲੱਗੀ ਜਾਂ ਕੁਛ ਪੈ ਗਿਆ ਨਹੀਂ ਸਕਦੇ ਟੈਂਪੂ 'ਤੇ ਮਾਰੀ ਟੱਕਰ ਟੈਂਪੂ ਸਿੱਧਾ ਗਿਆ ਨਹਿਰ 'ਚ ਠੀਕ ਹੈ ਜੀ ਅਤੇ ਬਾਕੀ ਬੱਚੇ ਤਾਂ ਅਸੀਂ ਸਾਰੀਆਂ ਸਵਾਰੀਆਂ ਕੱਢ ਲਈਆਂ ਅਤੇ ਬੈਗ ਮੋਬਾਈਲ ਆ ਉਹ ਵਿੱਚ ਹੀ ਆਏ ਪਤਾ ਨਹੀਂ ਹੁਣ ਟੈਂਪੂ ਦੇ ਵਿੱਚ ਜਾਂ ਰੁੜ ਗਏ ਆ ਕਿਹਦੇ ਸੱਟ ਪੇਟ 'ਤੇ ਨਹੀਂ ਲੱਗੀ ਨਹੀਂ ਸੱਟ ਇੱਕ ਲੇਡੀ ਇੱਕ ਜਨਾਨੀ 'ਤੇ ਲੱਗੀ ਆ ਸਿਰ 'ਤੇ ਅੱਛਾ ਜੀ ਅਤੇ ਬਾਕੀ ਬੱਚੇ ਦੇ ਹਾਲਤ ਘਰ ਪਹੁੰਚਾ ਤੇ ਉਹਨਾਂ ਨੂੰ ਕਹਿ ਨਹੀਂ ਸਕਦੇ ਸੱਟ ਲੱਗੀ ਜਾਂ ਨਹੀਂ ਗੁੱਝੀਆਂ ਲੱਗੀਆਂ ਹੋਣਗੀਆਂ ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਵਿਦਿਆਰਥਣ ਹਤਾਹਤ ਨਹੀਂ ਹੋਈ ਭਾਜੀ ਕੀ ਨਾਮ ਆਪਣਾ ਰਾਹੁਲ ਸ਼ਰਮਾ ਕੀ ਗੱਲ ਹੋਈ ਸੀ ਭਾਈ ਮੈਂ ਖੜੋਤੇ ਰਹੀ ਹਾਂਜੀ ਤੈਨੂੰ ਪਿੱਛੋਂ ਲਿਆ ਕੇ ਬੱਸ ਮਾਰੀ ਆ ਕਿੱਥੇ ਖੜੋਤੇ ਤੇ ਤੁਸੀਂ ਐ ਪੁੱਲ ਦੇ ਤੇ ਕਿਹੜਾ ਪੁੱਲ ਆ ਰਮਾਈ ਪੁੱਲ ਤੇ ਕਿੰਨੇ ਬੱਚੇ ਵਿੱਚ ਬੈਠੇ ਸੀ ਭਾਈ 8 ਤੇ ਬਚਾਓ ਗਿਆ ਸਾਰਿਆਂ ਦਾ ਹਾਂਜੀ ਤੇ ਤੁਸੀਂ ਉਸ ਵੇਲੇ ਟੈਂਪੂ 'ਚ ਸੀ ਮੈਂ ਭਾਈ ਬਾਹਰ ਖੜੋਤੇ ਬੱਚੇ ਵੱਲੇ ਕਰਦਾ ਸੀ ਅੱਛਾ ਕੀ ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਸਵਾਰੀਆਂ ਨੂੰ ਚੱਕਣ ਦੀ ਜਦੋਂ ਜਹਿਦ ਦੇ ਵਿੱਚ ਬੱਸ ਵਾਲੇ ਤੇਜ਼ ਰਫ਼ਤਾਰ ਬੱਸਾਂ ਚਲਾਉਂਦੇ ਹਨ ਅਤੇ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਹੁਣ ਇਹ ਦੇਖਣਾ ਹੋਵੇਗਾ ਕਿ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਇਸ ਬੱਸ ਚਾਲਕ ਦੇ ਖਿਲਾਫ਼ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ।